ਵਧਦੇ ਅੱਗੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਖਹਿਰਾ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਿਸ ਦੌਰਾਨ ਉਨ੍ਹਾਂ ਆਪਣੀ ਇਕਜੁੱਟਤਾ ਵਿਖਾਉਣ ਅਤੇ ਸ਼ਕਤੀ ਪ੍ਰਦਰਸ਼ਨ ਵਜੋਂ ਵਿਧਾਇਕਾਂ ਨੂੰ ਵੀ ਆਪਣੇ ਨਾਲ ਬੁਲਾਇਆ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਵਿੱਚੋਂ 16 ਨੇ ਖਹਿਰਾ ਦਾ ਪੱਖ ਪੂਰਿਆ ਇਸ ਦੌਰਾਨ ਖਹਿਰਾ ਨੇ ਆਪਣੇ ਵਿਰੁੱਧ ਛਿੜੀ ਅਸਤੀਫਾ ਮੁਹਿੰਮ ਨੂੰ ਕਾਂਗਰਸ ਅਤੇ ਅਕਾਲੀ ਦਲ ਦੀ ਮਿਲੀ ਭੁਗਤ ਦੱਸਿਆ ਜ਼ਿਕਰਯੋਗ ਹੈ ਕਿ 2015 ਵਿੱਚ ਸੁਖਪਾਲ ਖਹਿਰਾ ਦੇ ਨਸ਼ਾ ਤਸਕਰ ਗੁਰਦੇਵ ਸਿੰਘ ਦੇ ਨਾਲ ਸੰਬੰਧ ਹੋਣ ਦੇ ਮਾਮਲੇ ਵਿੱਚ ਅਦਾਲਤ ਨੇ ਉਨ੍ਹਾਂ ਨੂੰ ਸੰਮਨ ਜਾਰੀ ਕੀਤੇ ਸਨ ਅਤੇ ਗੈਰ ਜ਼ਮਾਨਤੀ ਵਾਰੰਟ ਵੀ ਜਾਰੀ ਕੀਤਾ ਹੋਇਆ ਸੀ ਅਦਾਲਤ ਨੇ ਬੀਤੇ ਕੱਲ੍ਹ ਖਹਿਰਾ ਦੀ ਗ੍ਰਿਫਤਾਰੀ ਤੇ ਰੋਕ ਲਾ ਦਿੱਤੀ ਹੈ ਔਰ ਮੈਨੂੰ ਜੋ ਕੱਲ ਮਾਨਯੋਗ ਹਾਈਕੋਰਟ ਨੇ ਇੰਟਰਮ ਰਿਲੀਫ ਦਿੱਤੀ ਹੈ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਨੂੰ ਤੇ ਸਾਰੀ ਪਾਰਟੀ ਨੂੰ ਇਸ ਦੇਸ਼ ਦੇ ਨਿਆਇਕ ਪ੍ਰਣਾਲੀ ਦੇ ਉੱਤੇ ਪੂਰਾ ਪੂਰਾ ਭਰੋਸਾ ਵਾ ਕਿਉਂਕਿ ਇਹ ਜਿਹੜੇ ਇਲਜ਼ਾਮ ਮੇਰੇ ਤੇ ਲਾਏ ਗਏ ਨੇ ਇਹ ਕੰਬਾਈਨਡ ਵਿਡੇਟਾ ਹੋ ਰਿਹਾ ਪੰਜਾਬ ਦੇ ਵਿੱਚ ਪਹਿਲਾਂ ਤਾਂ ਸਰਕਾਰਾਂ ਵਿਡੇਟਾ ਕਰਦੀਆਂ ਸੀ ਇਸ ਵਾਰ ਤਿੰਨ ਪਾਰਟੀਆਂ ਵੱਲੋਂ ਕੰਬਾਈਨਡ ਵਿਡੇਟਾ ਮੇਰੇ ਖਿਲਾਫ ਕੀਤਾ ਜਾ ਰਿਹਾ ਦਿਸ ਆਲਸੋ ਅਮਾਊਂਟਸ ਟੂ ਪੋਲੀਟੀਕਲ ਟੈਰਰਿਜ਼ਮ ਆਲ ਦੇ ਵਾਂਟ ਇਜ਼ ਟੂ ਗੈਗ ਮਾਈ ਵੋਇਸ ਆਲ ਦੇ ਵਾਂਟ ਇਜ਼ ਕਿ ਕਿਸੇ ਤਰੀਕੇ ਦੇ ਨਾਲ ਹੁਣ ਪੰਜਾਬ ਦੇ ਵਿੱਚ ਕੋਈ ਭ੍ਰਿਸ਼ਟਾਚਾਰ ਦੇ ਖਿਲਾਫ ਕੋਈ ਨਸ਼ਿਆਂ ਦੇ ਖਿਲਾਫ ਕੋਈ ਅਰਾਜਕਤਾ ਦੇ ਖਿਲਾਫ ਕੋਈ ਕਿਸੇ ਜੋ ਸਰਕਾਰਾਂ ਗਲਤੀਆਂ ਕਰਦੀਆਂ ਨੇ ਇਹਨਾਂ ਦੇ ਖਿਲਾਫ ਹੁਣ ਕੋਈ ਬੋਲਣ ਦੀ ਹਿੰਮਤ ਨਾ ਰੱਖੇ ਇਸ ਨਜ਼ਰੀਏ ਦੇ ਨਾਲ ਮੇਰੇ 'ਤੇ ਤਾਜ਼ੇ ਹਮਲੇ ਕੀਤੇ ਗਏ ਨੇ